ਉਹ ਗੱਡੀ ਚ ਨੇ ਉਹ ਰੁਕ ਜਾ ਬਿੱਟੂ ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਕਿਹਾ ਜੀ ਦੇਖੋ ਇਹ ਤਾਂ ਸ਼ਗਨ ਆ, ਜੇਲਾਂ ਆ ਜਿਹੜੀਆਂ ਉਹ ਲੋਕਾਂ ਲਈ ਬਣੀਆਂ ਤੇ ਲੋਕਾਂ ਦੇ ਕੰਮਾਂ ਲਈ ਜੇਲ੍ਹ ਚ ਜਾ ਰਹੇ ਆ ਸਾਰੇ। ਖੁਸ਼ੀ ਆ ਚਾ ਚੜਿਆ ਅੱਜ ਹੀ ਹੁਣ ਜੇਲ੍ਹਾਂ ਹਜੇ ਇਹਨਾਂ ਨੂੰ ਜੇਲ੍ਹ ਨੀ ਲੱਭ ਰਹੀ, ਕਦੇ ਲੁਧਿਆਣੇ ਲੈ ਜਾਂਦੇ ਆ, ਕਦੇ ਨਾਭੇ ਲੈ ਆਉਂਦੇ ਆ, ਰਾਤ ਨੂੰ ਹਜੇ ਪਤਾ ਨਹੀਂ ਤੁਹਾਡੇ ਜੀ ਤੁਹਾਡੇ ਨਾਲ ਆਸ਼ੂ ਜੀ। ਇਹ ਤਾਂ ਦੇਖੋ ਹਜੇ ਜੇਲ੍ਹਾਂ ਚ ਕਦੇ ਲੈ ਜਾਂਦੇ ਆ ਲੁਧਿਆਣੇ, ਕਦੇ ਲੈ ਆਏ ਆ ਹੁਣ ਪਤਾ ਨਹੀਂ ਆ ਨਾਭਾ ਜੇਲ੍ਹ ਆ। ਇਸ ਵੇਲੇ ਘਬਰਾਹਟ 'ਚ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਨੂੰ ਲੈ ਕੇ ਜਾਣਾ, ਕਿੱਥੇ ਰੱਖਣਾ ਹੈ, ਹਜੇ ਰਾਤ ਨੂੰ ਹੋਰ ਪਤਾ ਨਹੀਂ ਕਿੱਧਰ ਲੈ ਕੇ ਜਾਣਗੇ। ਇਹ ਲੱਤਾਂ ਕੰਬੀਆਂ ਹੋਈਆਂ, ਡਰੇ ਹੋਏ ਨੇ, ਕਿਉਂਕਿ ਲੋਕਾਂ ਦੀ ਜਿਹੜੀ ਆਵਾਜ਼ ਉਠਾਉਣੀ ਆ ਉਹ ਕੁਦਰਤੀ ਗੱਲ ਆ, ਲੋਕਾਂ ਦੀ ਹੱਕ ਸੱਚ ਦੀ ਲੜਾਈ ਕਿਸੇ ਨੂੰ ਤਾਂ ਫਿਰ ਵੀ ਜੇਲ੍ਹਾਂ 'ਚ ਜਾਣਾ ਹੀ ਪੈਂਦਾ। ਅਸੀਂ ਇਸ ਕਰਕੇ ਪਹਿਲ ਕੀਤੀ ਆ, ਬਿਲਕੁਲ ਸੋਚ ਸਮਝ ਕੇ ਕੀਤੀ ਹੈ ਅਤੇ ਲੋਕਾਂ ਦੇ ਹੱਕਾਂ ਲਈ ਕੀਤੀ ਹੈ। ਅਸੀਂ ਆਪਣੀ ਮਨਸ਼ਾ ਕੀ ਲੱਗਦੀ ਹੈ ਜੀ ਇਸ ਦੇ ਵਿੱਚ? ਦੇਖੋ ਸਰਕਾਰ 1000 ਰੁਪਈਆ ਨਹੀਂ ਦੇਣਾ ਚਾਹੁੰਦੀ, 1000-2500 ਰੁਪਈਆ ਪੈਨਸ਼ਨ ਨਹੀਂ ਦੇਣਾ ਚਾਹੁੰਦੀ, ਜਿਹੜਾ ਉਹ MSP 23 ਜਿਹੜੀ ਚੁਟਕੀ ਮਾਰ ਕੇ ਕਿਹਾ ਸੀ ਉਹ ਨਹੀਂ ਦੇਣਾ ਚਾਹੁੰਦੀ, NOCਆਂ ਸਰਕਾਰ ਕਰਨਾ ਨਹੀਂ ਚਾਹੁੰਦੀ। ਇਸ ਕਰਕੇ ਸਰਕਾਰੀ ਹੋਸਪਿਟਲ ਖਾਲੀ ਹੋ ਪਏ ਆ, ਨਾ ਦਵਾਈ ਆ ਨਾ ਡਾਕਟਰ ਆ ਉੱਥੇ ਕੋਈ, ਹੈ ਜੀ ਮੁਹੱਲੇ ਕਲੀਨਿਕਾਂ ਨਾਂ 'ਤੇ ਬਹੁਤ ਵੱਡਾ ਇੱਕ ਫਰੋਡ ਆ ਜਿਹੜਾ ਉਹ ਹੋ ਰਿਹਾ, ਅਤੇ ਬਹੁਤ ਬੜੀਆਂ ਗੱਲਾਂ ਵਾਅਦੇ ਕੀਤੇ ਸੀ, ਅੱਜ ਉਹ ਬਦਲਾਅ ਦੇ ਪਤਾ ਲੱਗ ਰਿਹਾ। ਕਿਸਾਨ ਆ ਜਿਹੜਾ ਉਹ ਸੜਕਾਂ 'ਤੇ ਆ, ਜਿਹੜੇ ਮਹਿਕਮੇ ਵਾਲੇ ਨੇ ਮੁਲਾਜ਼ਮ ਉਹ ਸੜਕਾਂ 'ਤੇ ਅੱਜ ਕਈਆਂ ਦੇ ਸਿਰ ਵੀ ਪਾਟੇ ਆ, ਅਤੇ ਇਸ ਕਰਕੇ ਸਾਰਾ ਦੇ ਜਿਹੜਾ ਪੰਜਾਬ ਉਹ ਤਾਂ ਸੜਕਾਂ 'ਤੇ ਆਇਆ ਪਿਆ। ਅਤੇ ਤੁਸੀਂ ਦੇਖ ਰਹੇ ਹੋ ਵੀ ਕਿਸ ਤਰੀਕੇ ਨਾਲ ਬੋਲ ਚਾਲ ਆ ਜਿਹੜੀ ਵਿਧਾਨ ਸਭਾ 'ਚ ਚੱਲ ਰਹੀ ਹੈ, ਕਦੇ ਦੇਖਿਆ ਸੀ? ਇਹ ਜਿਹੜਾ ਸੀਨ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਪਿਛਲੇ 2 ਦਿਨ ਦਾ ਉਹ ਕਦੇ ਦੇਖਿਆ ਸੀ? ਅਤੇ ਅੱਜ ਬਜਟ ਆਇਆ, ਅਤੇ ਇੱਦੋਂ ਤਾਂ ਬਜਟ ਨਾ ਹੀ ਪੇਸ਼ ਕਰਦੇ, ਜੋ ਜਲੂਸ ਅੱਜ ਨਿਕਲਿਆ ਏ ਪਿਛਲੇ ਸਾਲ ਦਾ ਜਾਂ ਉਦੋਂ ਪਿਛਲੇ ਸਾਲ ਦਾ ਬਜਟ ਪੜ੍ਹਤਾ, ਕਿਸੇ ਮੁਲਾਜ਼ਮ ਨੂੰ, ਕਿਸੇ ਵਪਾਰੀ ਨੂੰ, ਕਿਸੇ ਕਿਸਾਨ ਨੂੰ, ਕਿਸੇ ਛੋਟੇ ਦੁਕਾਨਦਾਰ ਨੂੰ, ਮੈਨੂੰ ਇੱਕ ਚੀਜ਼ ਤਾਂ ਦੱਸ ਦਿਓ ਵੀ ਕਿਸੇ ਨੂੰ ਕੀ ਮਿਲਿਆ ਕੀ? ਅੱਜ ਤੁਹਾਨੂੰ ਲੱਗ ਰਿਹਾ ਕੁਛ ਅੱਜ ਸਮਝ ਆਈ ਹੈ ਵੀ ਕੀ ਮਿਲਿਆ ਕਿਸੇ ਨੂੰ? ਇਸ ਕਰਕੇ ਉਸ ਗੱਲ ਲਈ ਇਹ ਕੋਈ ਜੇਲ੍ਹਾਂ ਤਾਂ ਲੋਕਾਂ ਲਈ ਬਣੀਆਂ ਏ, ਆਪਾਂ ਤਾਂ ਗੁਰੂ ਦੀ ਲਾਡਲੀ ਜਿਹੜੀ ਫੌਜ ਆ ਸਾਰੇ, ਅਤੇ ਨਾਲੇ ਸ਼ਹੀਦਾਂ ਦੀ, ਆਪਾਂ ਤਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਹੋਣਾ ਦੇ ਰਾਹ 'ਤੇ ਚੱਲਣ ਵਾਲੇ ਲੋਕ ਹਾਂ, ਅਤੇ ਇਹ ਲੋਕਾਂ ਖਾਤਰ ਜੇਲ੍ਹ ਹੋਈ ਆ। ਅਤੇ ਉਹ ਤਾਲਾ ਜਿਹੜਾ ਲਾਇਆ ਸੀ ਉਹ CM ਸਾਹਿਬ ਤੁਹਾਨੂੰ ਪਤਾ ਉਹੀ ਤਾਲਾ ਵਿਧਾਨ ਸਭਾ 'ਚ ਲੈ ਗਏ, ਅਤੇ ਫਿਰ ਵਿਧਾਨ ਸਭਾ 'ਚ ਤਾਲਾ ਉਹੀ ਦਿਖਾਇਆ ਉਹਨਾਂ ਨੇ, ਉਹਨਾਂ ਨੇ ਆਪ ਕਿਹਾ ਵਿਧਾਨ ਸਭਾ ਨੂੰ ਤਾਲਾ ਲਾ ਦਿਉ, ਵਿਧਾਨ ਸਭਾ ਨੂੰ ਤਾਲਾ ਲਾ ਦਿਉ, ਮਤਲਬ ਆਪਣੇ ਸੂਬੇ ਨੂੰ ਤਾਲਾ ਲਾ ਦਿਉ। ਮੈਂ ਇਸ ਵੇਲੇ ਭਾਰਤ ਭੂਸ਼ਣ ਆਸ਼ੂ ਜੀ, ਸਾਡੇ ਐਕਸ ਮਿਨਿਸਟਰ ਨੇ, ਸਾਡੇ ਜ਼ਿਲ੍ਹਾ ਪ੍ਰਧਾਨ ਐਕਸ MLA ਨੇ ਸੰਜੇ ਜੀ, ਸਾਡੇ ਡੈਪਟੀ ਮੇਅਰ ਨੇ ਸੀਨੀਅਰ ਸ਼ਾਮ ਸੁੰਦਰ ਮਲਹੋਤਰਾ ਜੀ, ਚਾਰੋਂ ਬੰਦੇ ਇਸ ਵੇਲੇ ਅਸੀਂ ਲਾਏ ਹਾਂ। ਬਾਕੀ ਪਤਾ ਨਹੀਂ ਕਿਹਦੀ ਕਿਹਦੀ ਗ੍ਰਿਫਤਾਰੀ ਉੱਥੇ, ਕਿੰਨੇ ਬੰਦਿਆਂ ਦੀ ਕੀਤੀ ਹੋਊ, ਕਿੰਨਿਆਂ ਦੀ ਕਰ ਰਹੀ ਹੋਊਗੀ, ਅਤੇ ਇਹ ਤਾਂ ਸਵੇਰੇ ਹੀ ਅੱਜ ਪੁਲਿਸ ਸਾਡੇ ਘਰਾਂ 'ਚ ਪਹੁੰਚ ਗਈ ਸੀ। ਕਿਸ ਤਰ੍ਹਾਂ ਸਿੱਧੀ ਜੁਡੀਸ਼ੀਅਲੀ ਭੇਜ ਦਿੱਤਾ ਗਾ, ਕੋਈ ਦੇਖਿਆ ਨਹੀਂ ਗਿਆ? ਬਾਈ ਗੱਲ ਇਹ ਨਹੀਂ ਗੀ, ਗੱਲ ਇਹ ਨਹੀਂ ਗੀ, ਜਦੋਂ ਪਰਚਾ ਕੀਤਾ ਸੀ ਉਹ ਨੋਨ ਅਵੇਲੇਬਲ ਸੀ, ਫਿਰ ਲੱਤਾਂ 'ਚ ਜਾਨ ਵੀ ਰੱਖਣੀ ਸੀ, ਅਤੇ ਅਸੀਂ ਉਹ ਪਰਚੇ ਤੋਂ ਭੱਜਣਾ ਥੋੜ੍ਹੀ ਸੀ, ਠੀਕ ਹੈ ਨਾ ਜੀ? ਜਦੋਂ ਕੋਰਟ ਜੱਜ ਨੇ ਕਿਹਾ ਵੀ ਦੱਸੋ ਇਹਦੇ ਲਈ ਕੀ ਕਰਨਾ ਹੈ, ਕਿਉਂਕਿ ਓਫੈਂਸ ਜਿਹੜਾ ਐਸਾ ਸੀ ਉਹ ਨੋਨ ਅਵੇਲੇਬਲ ਸੀ, ਅਤੇ ਉਹਦੇ ਲਈ ਜਿਹੜਾ ਹੈ ਉਹ ਜੱਜ ਸਾਹਿਬ ਉਹਨਾਂ ਨੂੰ ਉਹ ਕਿੰਤੂ ਨਹੀਂ ਕੋਈ ਪ੍ਰੰਤੂ ਨੂੰ, ਜੇ ਉਹ ਕੋਰਟ ਦਾ ਹੈ ਉਹਨਾਂ ਮੂਹਰੇ ਸਿਰ ਝੁਕਦਾ ਹੈ, ਜਿਹੜਾ ਉਹ ਫੈਸਲਾ ਕੀਤਾ ਸਾਨੂੰ ਸਾਰਿਆਂ ਨੂੰ ਹੀ
ਸਿਰ ਮੱਥੇ ਆ ਸਾਡੇ, ਕੱਲ੍ਹ ਦੀ ਜਿਹੜੀ ਬੇਲ ਵੀ ਲੱਗੀ ਹੋਈ ਹੈ, ਕੱਲ੍ਹ 'ਤੇ ਪੈਂਡਿੰਗ ਰੱਖੀ ਹੋਈ ਹੈ, ਉਹ ਤਾਂ ਹੁਣ ਕੋਰਟ 'ਤੇ ਆ, ਜੱਜ ਸਾਹਿਬਾਨਾਂ 'ਤੇ ਆ ਵੀ ਉਹਨਾਂ ਨੇ ਕੀ ਫੈਸਲਾ ਕਰਨਾ, ਪਰ ਇਹ ਸਾਫ਼ ਸਰਕਾਰ ਦਾ ਇੱਕ ਧੱਕਾ, ਇਹ ਤਾਨਾਸ਼ਾਹ ਰਵੱਈਆ ਵੀ ਜੇ ਅਸੀਂ ਇਹ ਕਾਂਗਰਸ ਦੇ ਵੱਡੀ ਲੀਡਰਸ਼ਿਪ ਨੂੰ ਦੱਬ ਲਾਂਗੇ ਤਾਂ ਸਾਡੇ ਮੂਹਰੇ ਕੋਈ ਬੋਲੂ ਨਹੀਂ ਗੀ ਆਮ ਬੰਦੇ ਨੂੰ, ਇਹ ਡਰਾਉਣ ਦਾ, ਇਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਆ ਇਹਨੂੰ ਜਿਵੇਂ ਦੱਬੋਗੇ ਇਹ ਓਨਾ ਹੀ ਉੱਠਦਾ ਹੈ। ਤੁਹਾਡਾ ਇਸ ਤਰ੍ਹਾਂ ਹੀ ਜਾਰੀ ਰਹੂਗਾ ਪ੍ਰੋਟੈਸਟ? ਬਿਲਕੁਲ, ਇਹ ਤਾਂ ਅੱਗੇ ਹਜੇ ਵਧੂਗਾ, ਇਹ ਤਾਂ ਚੰਗਿਆਰੀ ਆ ਹਜੇ, ਜੋ ਉਹ ਤਾਂ ਇੱਕ ਲੱਗੀ, ਅਸੀਂ ਆਪਣੇ ਲਈ ਕਰੇ ਕਰ ਰਹੇ ਹਾਂ ਅਤੇ ਲੋਕ ਇਹ ਲੋਕਾਂ ਦੇ ਮੂਹਰੇ ਵੀ ਹੱਥ ਜੋੜ ਕੇ ਅਪੀਲ ਆ, ਜੇ ਅਸੀਂ ਤੁਹਾਨੂੰ ਲੱਗਦਾ ਤੁਹਾਡੇ ਖਾਤਰ ਕਰ ਰਹੇ ਹਾਂ ਅਤੇ ਲੋਕਾਂ ਨੂੰ ਵੱਧ ਚੜ੍ਹ ਕੇ ਸਾਡਾ ਸਾਥ ਦੇਣਾ ਚਾਹੀਦਾ। ਇੱਕ ਪਾਸੇ ਤਾਂ ਕਾਂਗਰਸ ਨਾਲ ਰਲੇਵਾਂ ਕਹਿ ਰਹੇ ਅਤੇ ਦੂਜੇ ਪਾਸੇ ਇਹ ਕੁਛ ਕੀਤਾ, ਤੁਹਾਨੂੰ ਤਾਂ ਹੀ ਨਾ ਕੀਤੀ ਸੀ ਉਦੋਂ ਵੀ? ਨਹੀਂ, ਇਹ ਪੰਜਾਬ ਨੇ ਕਦੇ ਨਹੀਂ ਕਿਹਾ, ਪੰਜਾਬ ਦੇ ਇਕੱਲੇ ਇਕੱਲੇ ਵਰਕਰ ਨੇ, ਤੁਹਾਨੂੰ ਵੀ ਪਤਾ ਹੈ ਹਰੇਕ ਲੀਡਰ ਨੇ ਪੰਜਾਬ ਦੇ ਨੇ ਇਹ ਗੱਲ ਉੱਤੇ ਪਹੁੰਚਾਈ ਵੀ ਜੇ ਤੁਸੀਂ ਸਮਝੌਤਾ ਕਰੋਗੇ ਫਿਰ ਅਸੀਂ ਆਪਣੇ ਘਰਾਂ 'ਚ ਬਹਿ ਜਾਂਗੇ, ਅਤੇ ਉਹ ਹਾਈ ਕਮਾਂਡ ਨੇ ਗੱਲ ਮੰਨੀ ਅਤੇ ਬਾਹਰ ਕਿੱਥੇ ਵੀ ਸਮਝੌਤਾ ਹੋਇਆ ਉਹਦੇ ਨਾਲ ਸਾਨੂੰ ਕੀ ਮਤਲਬ, ਪੰਜਾਬ 'ਚ ਤਾਂ ਅਸੀਂ ਇਹਨਾਂ ਦੇ ਐਨ ਡਟ ਕੇ ਐਨ ਨੰਗੇ ਚਿੱਟੇ ਇਹਨਾਂ ਦੇ ਖਿਲਾਫ਼ ਖੜ੍ਹੇ ਹਾਂ, ਜੋ ਇਹਨਾਂ ਨੇ ਪੰਜਾਬ ਨਾਲ ਕੀਤਾ ਉਹ ਬਰਦਾਸ਼ਤ ਨਹੀਂ ਗਾ, ਇਹ ਬਾਹਰੋਂ ਆ ਕੇ ਰਾਘਵ ਚੱਡੇ ਵਰਗੇ ਦਿੱਲੀ ਬੈਠੇ ਉਹ ਉਰੇ ਹੁਕਮ ਚਲਾਉਂਦੇ ਆ, ਜਦੋਂ ਉਹ ਚੁੰਡੀ ਭਰੀ ਉਹ ਚੀਕ ਨਿਕਲੀ ਅਤੇ ਰਾਘਵ ਚੱਡੇ ਨੇ ਕਹਿ ਕੇ ਇਹ ਐੱਫ ਆਈ ਆਰਾਂ ਸਾਡੇ 'ਤੇ ਦਰਜ ਕਰਵਾਈਆਂ, ਉਹਦਾ ਕਰਾਂਗੇ ਹਿਸਾਬ, ਉਹਨੂੰ ਮੈਂ ਤੁਹਾਡੇ ਰਾਹੀਂ ਕਹਿ ਦਿੰਦਾ ਵੀ ਉਹ ਯਾਦ ਰੱਖੇ ਦਿੱਲੀਓਂ ਆ ਕੇ ਪਹਿਲਾਂ ਉਰੇ ਗਮਰਾਹ ਕਰ ਗਿਆ, ਜਿੱਦਣ ਛੁੱਟ ਕੇ ਹੁਣ ਤੇਰੇ ਘਰ ਵੀ ਤਾਲਾ ਲਾਉਣਾ ਆਵਾਂਗੇ, ਰਾਘਵ ਯਾਦ ਰੱਖੀ ਤੂੰ।